ਪੰਜ ਹਜ਼ਾਰ ਰੁਪਈਆ ਸਰਦਾਰ ਸਾਹਿਬ ਨੇ ਬੈਂਕ 'ਚ ਜਮ੍ਹਾਂ ਕਰਾਇਆ ਤੇ ਰੋਜ਼ ਹਾਫ ਸੈਂਟ ਚਾਹ ਲੈ ਕੇ ਗਾਰਡ ਕੋ ਜਾ ਰਿਹਾ ਕਿ ਸੋਈ ਨਾ। ਉਹਦੇ ਪੁੱਤਰ ਨੂੰ ਦੁਬਈ ਭੇਜਦਾ ਕਿ ਹੁਣ ਤੇ ਤੈਨੂੰ ਕੋਈ ਟੈਨਸ਼ਨ ਨਹੀਂ, ਤੂੰ ਇੱਥੇ ਬਹਿ। ਉਹਦੇ ਛੋਟੇ ਪੁੱਤਰ ਨੂੰ 25,000 ਤਨਖਾਹ ਤੇ ਰੱਖ ਲਿਆ ਕਿ ਤੂੰ ਟੈਨਸ਼ਨ 'ਚ ਨਹੀਂ, ਤੂੰ ਬਸ ਧਿਆਨ ਰੱਖ ਲੈ। ਰੋਜ਼ ਉਹਦੇ ਘਰ ਸਬਜ਼ੀ ਪਹੁੰਚਾ ਰਹੇ ਨੇ, ਕਹਿੰਦੇ ਤੂੰ ਇੱਥੇ ਬਹਿ ਬਸ। ਉਹਦਾ ਪੁੱਤਰ ਹੁਣ ਇਤਨਾ ਖੁਸ਼ ਹੈ, ਇਤਨਾ ਖੁਸ਼ ਹੈ, ਕੋਈ ਵੀ ਗੱਲ ਨਾ ਹੋਵੇ ਐਵੇਂ ਕਹੀ ਜਾਂਦਾ, ਓ ਬੈਠੋ ਬੈਠੋ ਲਿਆ ਡਾਲਾ।